ਦੋਸਤੋ ਮੈਂ ਤੁਹਾਡਾ ਮਨੋਜ ਚਾਕੀਵਾਲ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਇਸ ਟਾਈਮ ਬਠਿੰਡਾ ਦੇ ਪਰਸਰਾਮ ਨਗਰ ਚੌਂਕ ਤੇ ਮੌਜੂਦ ਹਾਂ, ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ 'ਚ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਇੱਕ ਰੋਡ ਸ਼ੋਅ ਕੱਢਿਆ ਗਿਆ। ਕਾਫੀ ਵੱਡੀ ਤਦਾਦ 'ਚ ਇੱਥੇ ਆਮ ਆਦਮੀ ਪਾਰਟੀ ਦੇ ਵਰਕਰ, ਵਲੰਟੀਅਰ ਅਤੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਇੱਥੇ ਪਹੁੰਚੇ ਸੀ। ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਮੌਜੂਦ ਨੇ ਸਾਡੇ ਨਾਲ ਗੱਲਬਾਤ ਕਰਦੇ ਹਾਂ। ਅਰਵਿੰਦ ਕੇਜਰੀਵਾਲ, ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ 'ਚ ਰੋਡ ਸ਼ੋਅ ਕੀਤਾ ਗਿਆ, ਕੀ ਕਹਿਣਾ ਚਾਹੋਗੇ? ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਇਕੱਠ ਬਹੁਤ ਆ ਬਾਈ ਜੀ, ਜਿੱਤਾਂਗੇ, ਪੂਰਾ ਜ਼ੋਰ ਲਾਈਏ। ਮੈਂ ਅਜੇ ਤਾਂ ਸਾਲ ਹੀ 2 ਹੋਏ ਆ, 3 ਸਾਲ ਬਾਕੀ ਪਏ ਆ ਅਜੇ ਤਾਂ। ਇਹ ਤਾਂ ਕੰਮ ਦੱਸਣਗੇ ਇਹਨਾਂ ਦੇ ਵੀ ਕੀ ਕੀਤਾ ਕੀ ਨਹੀਂ ਕੀਤਾ ਗਾ। ਹਾਂਜੀ ਅੰਕਲ ਜੀ। ਹਾਂਜੀ, ਬਹੁਤ ਵਧੀਆ ਕੰਮ ਕਰਿਆ ਭਗਵੰਤ ਮਾਨ ਨੇ, ਜਿੰਨਾ ਵੀ ਕੀਤਾ ਬਹੁਤ ਸੋਹਣੇ ਕੰਮ ਕਰਿਆ। ਜ਼ਿਮੀਂਦਾਰਾਂ ਨੂੰ ਜਿੱਥੇ ਟੇਲਾਂ ਤੇ ਪਾਣੀ ਨਹੀਂ ਪਹੁੰਚਿਆ ਉੱਥੇ ਪਹੁੰਚਾਤਾ ਇਹਨੇ, ਹੋਰ ਦੱਸ ਕੀ ਕਰ ਸਕਦਾ ਆਪਾਂ। ਜ਼ਿਮੀ ਜੱਟ ਤੇ ਤਾਂ ਕਿੰਨਾ ਖਾਲ ਨਹੀਂ ਬਣਦਾ, ਜਿਹਨੇ ਘੱਟੋ ਘੱਟ ਵੀ ਹਰੇਕ ਟੇਲ ਤੇ ਪਾਣੀ ਪਹੁੰਚਾਤਾ। ਬਿਜਲੀ ਦਾ ਬਿੱਲ ਆ ਫਿਰੀ ਆ ਚਾਰ, ਕਿੰਨਾ ਚਿਰ ਹੋ ਗਿਆ ਨਾ ਆਇਆ ਜੀ। ਬਾਕੀ ਸਾਰੇ ਕੰਮ ਚੰਗੇ ਹੀ ਕਰਿਆ ਜੀ। ਤੇ ਕਣਕ ਜੋ ਕਣਕ ਜਿਹੜੀ 1000 ਰੁਪਏ ਦੀ ਗਰੰਟੀ ਦਿੱਤੀ ਸੀ, ਵਿਰੋਧੀ ਕਹਿੰਦੇ ਅਜੇ ਤੱਕ ਪੂਰੀ ਨਹੀਂ ਕੀਤੀ। ਉਹ ਸਾਰਾ ਕੁਝ ਇੱਕਦਮ ਪੂਰਾ ਨਹੀਂ ਹੁੰਦਾ ਜੀ, ਆਪਾਂ ਤਾਂ ਘਰ ਦਾ ਪਰਿਵਾਰ ਜੇ ਨਹੀਂ ਪੂਰਾ ਹੁੰਦਾ ਤੇ ਉਹ ਕਿੱਥੇ ਏਡੀ ਛੇਤੀ ਕਰ ਦੂਗਾ। ਰੋਡ ਸ਼ੋਅ 'ਚ ਪਹੁੰਚੇ ਸੀ, ਕੀ ਕਹਿਣਾ ਚਾਹੋਗੇ? ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਇੱਕ ਤਰਫਾ ਕੁੜੀਆਂ ਜੀ ਸਭ ਤੋਂ ਅੱਗੇ ਮੱਲ ਮਾਰ ਕੇ ਲੈ ਕੇ ਜਾਣਗੇ। ਬਠਿੰਡੇ ਵਾਲੀ ਸੀਟ ਐਤਕੀ ਅਕਾਲੀਆਂ ਦੇ ਹੱਥੋਂ ਗਈ, ਹਰ ਘਰ ਨੂੰ ਫਾਇਦਾ ਮਿਲਿਆ ਜੀ। 600 ਯੂਨਿਟ ਮਿਲਣਾ ਜਾਂ 3000 ਰੁਪਏ 4000 ਰੁਪਇਆ ਬਿੱਲ ਮਾਫ ਹੋਇਆ, ਉਹਦੇ ਕਰਕੇ ਆਮ ਕਰਨ ਨੂੰ ਬਹੁਤ ਵੱਡੀ ਸਹੂਲਤ ਮਿਲ ਗਈ। ਪਰ ਵਿਰੋਧੀ ਪਾਰਟੀਆਂ ਤਾਂ ਕਹਿੰਦੀਆਂ ਆਮ ਆਦਮੀ ਪਾਰਟੀ ਨੇ ਕੁਝ ਨਹੀਂ ਕੀਤਾ। ਉਹਨਾਂ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ ਜੀ, ਉਹਨਾਂ ਨੇ ਉਹਨਾਂ ਨੂੰ ਇਹ ਪੁੱਛਿਆ ਜਾਵੇ ਉਹਨਾਂ ਨੇ ਕੀ ਕੀਤਾ ਗਾ। ਆਹ ਲੁੱਟਣ ਤੋਂ ਬਗੈਰ ਕੁਝ, ਪੰਜਾਬ ਤੋਂ ਹੋਰ ਕੁਝ ਨਹੀਂ ਕੀਤਾ ਉਹਨਾਂ ਨੇ। ਇੱਥੇ ਬੀਬੀਆਂ ਮੌਜੂਦ ਨੇ, ਗੱਲਬਾਤ ਕਰਦੇ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਅਮਰਜੀਤ ਕੌਰ। ਅੱਛਾ, ਆਮ ਆਦਮੀ ਪਾਰਟੀ ਦੇ ਅੱਜ ਰੋਡ ਸ਼ੋਅ 'ਚ ਪਹੁੰਚੇ ਹੋ ਤੇ ਇੱਕ ਬੀਬੀਆਂ ਨੂੰ 2022 'ਚ ਗਰੰਟੀ ਦਿੱਤੀ ਸੀ 1000 ਰੁਪਏ ਦੀ, ਅਜੇ ਤੱਕ ਵਿਰੋਧੀ ਕਹਿੰਦੇ ਆ ਉਹ ਬੀਬੀਆਂ ਨੂੰ ਦਿੱਤੀ ਨਹੀਂ, ਕੀ ਕਹਿਣਾ ਚਾਹੋਗੇ? ਆਜੂਗੀ ਆਪੇ ਦੇ ਦੇਣਗੇ ਜਦੋਂ ਗ੍ਰਾਂਟ ਆਜੂਗੀ, ਦੋਨਾਂ ਨੂੰ ਗ੍ਰਾਂਟ ਮਿਲ ਗਈ। ਗਾਂ ਤੋਂ ਪੈਸੇ 3 ਸਾਲ ਸਰਕਾਰ ਦੇ ਪਏ ਆ, ਜਿਹੜੇ 2 ਸਾਲਾਂ ਦੇ ਕੰਮ ਕੀਤੇ ਸਰਕਾਰ ਦੇ, ਉਹ ਦੇਖੋ ਤੁਸੀਂ 1000 ਰੁਪਏ ਜੋ ਬਿਜਲੀ ਦੀ ਗਰੰਟੀ ਹੈ ਤੇ ਉਹ ਵੀ ਬੀਬੀਆਂ ਲਈ ਫਾਇਦੇ ਆ। ਜਿਹੜੇ 7-8 ਹਜ਼ਾਰ ਬਿੱਲ ਭਰਦੇ ਸੀ ਤੇ ਨੌਕਰੀਆਂ ਮਿਲੀਆਂ ਨੇ, 42-43 ਹਜ਼ਾਰ ਨੌਕਰੀਆਂ ਦੇ 3000 ਰੁਪਏ ਪਿੱਛੇ ਆ। ਜੋ ਵੀ ਮਾਨ ਸਾਹਿਬ ਨੇ ਗਰੰਟੀ ਪੂਰੀ ਵਾਅਦਾ ਕੀਤਾ ਪੂਰਾ ਕਰਨਗੇ। ਕਿੰਨੀ ਵੋਟ ਨਾਲ ਜਿਤਾਉਣ ਜਾ ਰਹੇ ਹੋ ਫਿਰ ਗੁਰਮੀਤ ਸਿੰਘ ਖੁੱਡੀਆਂ ਨੂੰ? ਵੋਟ ਤੇ ਜਿਤਾਵਾਂਗੇ ਜੀ, 1.25 ਲੱਖ ਤੇ। ਠੀਕ ਹੈ, ਮੈਂ ਵੀ ਨਾਂ ਦੇਣ ਸਾਨੂੰ ਸਾਫ਼ ਸੁਥਰੀ ਆ, ਗਰੀਬ ਉਮੀਦ ਦੀ ਸਭ ਦੀ ਗੱਲ ਸੁਣੀ ਦੀ ਹੈ। ਕਾਪਸ਼ਨ ਖਤਮ ਹੋ ਗਈ, ਕਾਪਸ਼ਨ ਖਤਮ ਹੈ, ਬਿਲਕੁਲ ਖਤਮ ਹੈ। ਪਰ ਲੋਕੀ ਤਾਂ ਕਹਿੰਦੇ ਹੋਈ ਨਹੀਂ, ਤਾਂ ਬਿਰਲੇ ਬਿਰਲੇ ਕੋਈ ਅਫਸਰਸ਼ਾਹੀ ਜਿੱਥੇ ਹੈਗੀ ਹੈ ਉੱਥੇ ਨਹੀਂ ਹੋਈ। ਇਹ ਪਹਿਲਾਂ ਦੇ ਜਿਨ੍ਹਾਂ ਦੇ ਵੱਡੇ ਅਫਸਰ ਲਾਏ ਹੋਏ ਆ ਦੂਜਿਆਂ ਦੇ, ਉਹਨਾਂ ਨੇ ਨਹੀਂ ਖਤਮ ਕੀਤੀ, ਪਰ ਇਹਨਾਂ ਵੱਲੋਂ ਤਾਂ ਕੋਈ ਕਮੀ ਨਹੀਂ ਗਈ। ਵਿਰੋਧੀ ਕਹਿੰਦੇ ਨਸ਼ਾ ਵੀ ਅਜੇ ਤੱਕ ਖਤਮ ਨਹੀਂ ਹੋਇਆ। ਨਸ਼ਾ ਯਾਰ ਇਹਦਾ ਪਿੱਛੇ ਜ਼ੋਰ ਲਾਈ ਦਰਵਾਉਂਦੇ, ਜਦੋਂ ਪਹਿਲਾਂ ਤਾਂ ਇਕੱਠਾ ਹੀ ਇੰਨਾ ਹੋਇਆ ਪਿਆ ਗਾ, ਇਹ ਕੀ ਕਰਨਾ? ਅਫਸਰ ਖਤਮ ਹੋ ਗਈ, 76 ਦੇ ਵਿੱਚ ਬਜ਼ੁਰਗਾਂ ਦਾ ਇੰਤਕਾਲ ਗਲਤ ਹੋਇਆ ਸੀ, ਵਿਰਾਸਤ ਗਲਤ ਤਾਂ ਬਾਕੀ ਸੀ, ਬਹੁਤ ਪੈਸੇ ਲਾ ਦੇ, ਬਹੁਤ ਅਸੀਂ ਅਰਜ਼ੀਆਂ ਦਿੱਤੀਆਂ, ਸਿਰਫ 300 ਚ ਠੀਕ ਹੋ ਗਈ, 300 ਚ ਇੰਤਕਾਲ ਦੁਬਾਰੇ ਕਲੀਅਰ ਹੋ ਗਿਆ, ਖਾਰਜ ਕਰਕੇ ਸਹੀ ਨਾਂ ਤੇ ਵਗ ਗਿਆ। ਅਸੀਂ ਪਹਿਲਾਂ ਲੱਖਾਂ ਰੁਪਏ ਲਾ ਤੇ ਸਾਡੀ ਕਿਸੇ ਨੇ ਸੁਣੀ ਨਹੀਂ ਸੀ। 70 ਸਾਲ ਦਾ ਉਲਝਿਆ ਹੋਇਆ ਤਾਣਾ ਜੀ, ਹੌਲੀ ਹੌਲੀ ਠੀਕ ਹੋਊਗਾ, ਬਹੁਤ ਇਮਾਨਦਾਰੀ ਨਾਲ ਲੱਗਿਆ ਹੋਇਆ, ਅਸੀਂ ਵੀ ਸਾਰੇ ਸਾਥ ਦੇ ਰਹੇ ਹਾਂ। 70 ਸਾਲ ਦਾ ਉਲਝਿਆ ਹੋਇਆ ਇਹ, ਤਾਂ ਕਰਕੇ ਹੌਲੀ ਹੌਲੀ ਲੱਗੇ। ਇੰਨੀ ਬੋਰ ਨਾਲ ਜਿਤਾਉਣ ਜਾ ਰਹੇ ਹੋ ਗੁਰਮੀਤ ਸਿੰਘ ਖੁੱਡੀਆਂ ਨੂੰ? ਬਹੁਤ ਵੱਡੀ ਲੀਡ ਨਾਲ ਜਿੱਤਣਗੇ ਜੀ। ਸਾਡੇ ਪਿੰਡੋਂ ਉਹਨੇ ਸਾਰੀਆਂ ਪਾਰਟੀਆਂ ਫੁਰਪੂ, ਅੱਧੀ ਇਕੱਲੇ ਝੜੂ। ਕਿਹੜਾ ਪਿੰਡ ਆ ਤੁਹਾਡਾ? ਮਾਨਸਾ। ਐਸੀ ਆਮ ਆਦਮੀ ਪਾਰਟੀ ਦੇ ਵਰਕਰ ਜਿਨ੍ਹਾਂ ਦਾ ਕਹਿਣਾ ਕਿ ਪਿਛਲੇ 70 ਸਾਲਾਂ ਦਾ ਜਿਹੜਾ ਤਾਣਾ ਬਾਣਾ ਉਲਝਿਆ ਹੋਇਆ ਉਹ ਜਲਦ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਵੱਲੋਂ ਸੁਲਝਾ ਲਿੱਤਾ ਜਾਏਗਾ ਤੇ ਹਰ ਇੱਕ ਜਿਹੜੀ ਗਰੰਟੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਦਿੱਤੀ ਆ ਉਹ ਜਲਦ ਜਿਹੜੀ ਆ ਪੂਰੀ ਕੀਤੀ ਜਾਵੇਗੀ। ਅਤੇ ਆਮ ਆਦਮੀ ਪਾਰਟੀ ਦੇ ਬਠਿੰਡਾ ਤੋਂ ਲੋਕ ਸਭਾ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਬੜੀ ਵੱਡੀ ਲੀਡ ਨਾਲ ਇੱਥੋਂ ਜਿੱਤ ਪ੍ਰਾਪਤ ਕਰਨਗੇ। ਕੈਮਰਾਮੈਨ ਸੁਜਲ ਦੇ ਨਾਲ ਮਨੋਜ ਚਰਕੀਵਾਲ, ਦੈਨਿਕ ਸਵੇਰਾ ਟੀਵੀ, ਬਠਿੰਡਾ। ਦੇਸ਼ ਦੁਨੀਆ ਕੀ ਹਰ ਖਬਰ ਸਭ ਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ
ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।